ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ ਅੱਜ ਮੈਂ ਤੁਹਾਨੂੰ ਦਿਖਾ ਰਿਹਾ 1932 ਤੋਂ ਲੈ ਕੇ 1947 ਤੱਕ ਯੂਜ਼ ਹੋਣ ਵਾਲਾ ਸਿੱਖ ਨੈਸ਼ਨਲ ਕਾਲਜ। ਤਾਰੀਖ ਦੇ ਪੰਨੇ ਫਰੋਲੋ ਤਾਂ ਬੜਾ ਕੁਛ ਮਿਟਾ ਦਿੱਤਾ ਜਾਂਦਾ, ਲੇਕਿਨ ਤਾਰੀਖ ਇੱਕ ਵਾਰੀ ਆਪਣੇ ਆਪ ਨੂੰ ਰਿਪੀਟ ਜ਼ਰੂਰ ਕਰਦੀ ਹੈ। ਇਹ ਉਹ ਜਗ੍ਹਾ, ਇਹ ਵਾਲੀ ਜਗ੍ਹਾ ਦੇ ਉੱਤੇ ਸਿੱਖ ਨੈਸ਼ਨਲ ਕਾਲਜ ਲਿਖਿਆ ਹੈ, ਔਰ ਉੱਤੇ ਜਿਹੜਾ ਫਲੈਗ ਲੈ ਕੇ, ਖਾਲਸਾ ਫਲੈਗ ਲੈ ਕੇ ਸਿੱਖ ਸਟੂਡੈਂਟ ਖਲੋਤੇ ਹੋਏ ਨੇ। 1932 ਦੀ ਅਗਾਲਬਨ ਜਾਂ 1927 ਦੀ ਪਿਕਚਰ ਹੈ, ਲੇਕਿਨ 1932 ਤੋਂ ਉਹਨੂੰ ਪ੍ਰੋਪਰਲੀ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਇਹ ਸਿੱਖ ਨੈਸ਼ਨਲ ਕਾਲਜ ਹੈ। ਉਸ ਤੋਂ ਬਾਅਦ ਇਹਨੂੰ ਨੈਸ਼ਨਲ ਕਾਲਜ ਕਿਹਾ ਗਿਆ, ਫਿਰ ਇੰਜੀਨੀਅਰਿੰਗ ਕਾਲਜ ਕਿਹਾ ਗਿਆ, ਫਿਰ ਉਸ ਤੋਂ ਬਾਅਦ ਐਟਲੀਸਟ ਪਾਕਿਸਤਾਨ ਬਣਨ ਤੋਂ ਬਾਅਦ ਇਹਨੂੰ ਇੰਜੀਨੀਅਰਿੰਗ ਯੂਨੀਵਰਸਿਟੀ ਦਾ ਨਾਮ ਵੀ ਦੇ ਦਿੱਤਾ ਗਿਆ। ਇਹ ਸੀ ਉਹ ਪਹਿਲਾ ਜਿਹੜਾ ਸੀ ਬਲੋਕ ਜਿਹੜੇ ਸਨ, ਇੱਕ ਤਾਂ ਈਸਟ ਵਾਲੀ ਸਾਈਡ 'ਤੇ ਹੈ, ਇਹ ਵੈਸਟ ਵਾਲੀ ਸਾਈਡ ਦੇ ਉੱਤੇ ਹੈ। ਔਰ ਅਗਰ ਇਨਸਾਨ ਦੇਖੇ ਤਾਂ ਇੱਕ ਵਾਰੀ ਹੋਸ਼ ਰੁਬਾ ਬਿਲਡਿੰਗ ਜਿਹੜੀ ਹੈ ਇਹ ਬਣਾਈ ਗਈ ਸੀ, ਹਰਕਿਸ਼ਨ ਲਾਲ ਸਾਹਿਬ ਨੇ ਇਹਦਾ ਸਟੋਨ ਲੇਡ ਬਾਏ ਰੱਖਿਆ ਸੀ। ਉਹ ਇੱਥੋਂ ਤਕਰੀਬਨ ਕੋਈ ਅੱਧੇ ਕਿਲੋਮੀਟਰ ਦੇ ਫਾਸਲੇ 'ਤੇ ਅੰਦਰ ਅੰਦਰ UET ਦੇ ਅੰਦਰ ਹੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਹਮਾਰੇ ਖਾਨੇ ਹਮਾਰੀ ਪਹਿਚਾਨ, ਇਹ ਹੈ ਮੇਰਾ ਪਾਕਿਸਤਾਨ ਕੇ ਸਾਥ ਮੈਂ ਆਪਕਾ ਆਪਣਾ ਹੋਸਟ ਬਾਬਾ ਜੀ। ਗੱਲ ਹੋ ਰਹੀ ਸੀ ਸਿੱਖ ਨੈਸ਼ਨਲ ਕਾਲਜ ਦੀ, ਹਮੇਸ਼ਾ ਦੀ ਤਰ੍ਹਾਂ ਔਰ ਬਾਇਸਡ ਹਿਸਟੋਰੀਅਨਸ ਜਿਹੜੇ ਨੇ ਉਹਨਾਂ ਨੇ ਪਾਕਿਸਤਾਨ ਦੀ ਤਾਰੀਖ ਵਿੱਚੋਂ ਔਰ ਹਿੰਦੁਸਤਾਨ ਦੀ ਤਾਰੀਖ ਵਿੱਚੋਂ ਸਿੱਖ ਪੀਰੀਅਡ ਦਾ ਸਫ਼ਾ ਜਿਹੜਾ ਪੰਨਾ ਜਿਹੜਾ ਉਹ ਫਾੜ ਦਿੱਤਾ। ਮੈਨੂੰ ਬਹੁਤ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਇਹ ਟੌਪਿਕ ਮਿਲਿਆ ਸੀ, ਜੀ ਹਾਂ, ਮੈਂ ਬੜੇ ਵਿਸੋਕ ਨਾਲ ਔਰ ਬੜੇ ਟੰਕੇ ਦੀ ਚੋਟ ਨਾਲ ਕਹਿੰਦਾ ਵਾਂ ਕਿ ਬਿਲਕੁਲ ਮੇਰੇ ਉਸਤਾਦਾਂ ਨੇ ਮੈਨੂੰ ਇਹੀ ਸਿਖਾਇਆ ਕਿ ਬੱਚੇ ਸੱਚ ਬੋਲਣਾ ਅਤੇ ਬਾਬਾ ਜੀ ਸੱਚ ਬੋਲੇਗਾ, ਔਰ ਮੈਂ ਸੱਚ ਬੋਲ ਰਿਹਾ ਵਾਂ, ਮੈਂ ਖਰਾ ਸੱਚ ਦਿਖਾਉਂਦਾ ਵਾਂ, ਜਦੋਂ ਵੀ ਆਉਂਦਾ ਵਾਂ ਖਰਾ ਸੱਚ ਲੈ ਕੇ ਆਉਂਦਾ ਵਾਂ। ਇਹ ਸਿੱਖ ਪੀਰੀਅਡ ਦੀ ਯਾਦਗਾਰ ਹੈ, ਇਸ ਨੂੰ ਕਿਉਂ ਨਿਗਲੈਕਟ ਕੀਤਾ ਗਿਆ, ਇਹਦੇ ਤੋਂ ਕਿਉਂ ਮਿਟਾ ਦਿੱਤਾ ਗਿਆ, ਇੱਥੇ ਦਾ ਸਟੋਨ ਲੇਡ ਬਾਏ ਕਿਉਂ ਉਖਾੜ ਦਿੱਤਾ ਗਿਆ ਕਿ ਵੀ ਇਹ ਸਿੱਖ ਨੈਸ਼ਨਲ ਕਾਲਜ ਸੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ, ਔਰ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਵਾਂ ਲਾਹੌਰ ਵਿੱਚ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ, GT ਰੋਡ ਦੇ ਉੱਤੇ ਲਾਹੌਰ ਤੋਂ ਦਿੱਲੀ ਜਾਂਦੇ ਹੋਏ ਇਹ ਜਿਹੜੀ ਹੈ ਬਿਲਡਿੰਗ ਨਜ਼ਰ ਆਉਂਦੀ ਹੈ ਤੁਹਾਨੂੰ, ਤਕਰੀਬਨ ਅੱਧੇ ਕਿਲੋਮੀਟਰ ਤੱਕ ਫੈਲੀ ਹੋਈ ਹੈ ਫਰੰਟ ਤੋਂ, ਔਰ ਬੈਕ ਦਾ ਏਰੀਆ ਬਹੁਤ ਵੱਡਾ, ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਇਹ ਬਿਲਕੁਲ ਟੋਂਬ ਆਫ ਬਾਈ ਬੁੱਧੂ ਦੇ ਸਾਹਮਣੇ ਹੈ। ਬਾਈ ਬੁੱਧੂ ਦਾ ਆਵਾ ਸੀ ਜਿਹੜਾ, ਜਿੱਥੇ ਕਦੀ ਗੁਰਦੁਆਰਾ ਸੀ ਉਹ ਇਹਦੇ ਅੰਦਰ ਹੀ ਉਹ ਬਿਲਡਿੰਗ ਹੈ ਜਿੱਥੇ ਉਹ ਗੁਰਦੁਆਰਾ ਸੀ, ਉਸ ਨੂੰ ਐਜ਼ ਆ ਗੁਰਦੁਆਰਾ ਯੂਜ਼ ਕੀਤਾ ਗਿਆ 1910 ਤੋਂ ਲੈ ਕੇ 1947 ਤੱਕ, ਜਦੋਂ ਤੱਕ ਇੱਥੇ ਸਿੱਖ ਲੋਕ ਜਿਹੜੇ ਸਨ ਉਹ ਮੌਜੂਦ ਸਨ, ਔਰ ਉਸ ਤੋਂ ਬਾਅਦ ਉਹਨੂੰ ਹੋਸਟਲ ਡਿਕਲੇਅਰ ਕਰ ਦਿੱਤਾ ਗਿਆ ਮੁਕੰਮਲ ਤੌਰ ਦੇ ਉੱਤੇ। ਵੈਸੇ ਤਾਂ ਹੈ ਤੀ ਬਿਲਡਿੰਗ ਉਹ ਜਿਹੜੀ ਸੀ ਉਹ ਹੋਸਟਲ ਦੀ ਸੀ, ਲੇਕਿਨ ਉਹਦਾ ਕੋਈ ਸਟਰਕਚਰ ਇਸ ਤਰ੍ਹਾਂ ਦਾ ਸੀ ਕਿ ਉਹਨੂੰ ਗੁਰਦੁਆਰਾ ਡਿਕਲੇਅਰ ਕਰ ਦਿੱਤਾ ਗਿਆ ਸੀ, ਲੇਕਿਨ ਬਾਈ ਬੁੱਧੂ ਵਾਲਾ ਗੁਰਦੁਆਰਾ ਉਹਦੇ ਮੁਤਲਕ ਮੈਂ ਕੁਝ ਨਹੀਂ ਕਹਿ ਸਕਦਾ। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਸਿੱਖ ਨੈਸ਼ਨਲ ਕਾਲਜ ਲਾਹੌਰ 1932 ਤੋਂ ਲੈ ਕੇ 1947 ਤੱਕ ਇਹ ਬਿਲਡਿੰਗ ਡਿਕਲੇਅਰ ਰਹੀ ਸਿੱਖ ਨੈਸ਼ਨਲ ਕਾਲਜ, ਔਰ ਉਸ ਤੋਂ ਬਾਅਦ ਬਣੀ ਇੰਜੀਨੀਅਰਿੰਗ ਕਾਲਜ, ਔਰ ਇੰਜੀਨੀਅਰਿੰਗ ਕਾਲਜ ਤੋਂ ਬਣਿਆ ਇੰਜੀਨੀਅਰਿੰਗ ਯੂਨੀਵਰਸਿਟੀ UET, ਯੂਨੀਵਰਸਿਟੀ ਆਫ ਇੰਜੀਨੀਅਰਿੰਗ ਟੈਕਨੋਲੋਜੀ ਲਾਹੌਰ। ਇਹ ਤੁਸੀਂ ਇਹਦੀਆਂ ਚੇਨਸ ਜਿਹੜੀਆਂ ਨੇ ਇਸ ਵੇਲੇ ਪੂਰੇ ਪਾਕਿਸਤਾਨ ਵਿੱਚ ਨੇ, ਟੈਕਸਲਾ 'ਚ ਨੇ, ਫੈਸਲਾਬਾਦ 'ਚ ਨੇ, ਗੁਜਰਾਵਾਲਾ 'ਚ ਨੇ, ਮੁਖਤਲਿਫ ਮਤਲਬ ਕਿ ਪੂਰੇ ਪਾਕਿਸਤਾਨ ਵਿੱਚ ਅੱਜ ਕੱਲ੍ਹ ਇਹਦੀਆਂ ਬ੍ਰਾਂਚਿਸ ਜਿਹੜੀਆਂ ਨੇ ਉਹ ਫੈਲੀਆਂ ਹੋਈਆਂ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਹਮਾਰੇ ਖਾਨੇ ਹਮਾਰੀ ਪਹਿਚਾਨ, ਔਰ ਮੇਰਾ ਨਵਾਂ ਪੇਜ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ।